ਆਪਣੇ ਨਾਲ ਉਹਦਾ ਸੰਸਕਾਰ ਹੋ ਜਾਏ। ਅਤੇ ਮੈਂ ਇੱਥੇ ਗੱਲ ਇਸ ਲਈ ਆਪ ਜੀ ਸਾਹਮਣੇ ਇਹ ਦੁਬਾਰਾ ਕਰ ਰਿਹਾ ਕਿ ਇਸ ਗੱਲ ਦੀ ਚੇਤਨਾ ਆਪਾਂ ਨੂੰ ਜ਼ਰੂਰ ਰੱਖਣੀ ਚਾਹੀਦੀ ਹੈ ਕਿ ਜੇ ਤੁਹਾਡੇ ਕੋਲ ਕੋਈ ਹਸਤ ਲਿਖਤ ਗੁਟਕਾ ਹੈ ਜਾਂ ਬੀੜ ਹੈ ਤਾਂ ਗੁਰਦੁਆਰਾ ਕਮੇਟੀਆਂ ਨਾਲ ਕੰਟੈਕਟ ਕਰਕੇ ਉਹਨਾਂ ਨੂੰ ਚੈੱਕ ਕਰਵਾਉਣਾ ਚਾਹੀਦਾ ਔਰ ਬਿਰਧ ਬੀੜਾਂ ਜਿਹੜੀਆਂ ਨੇ ਉਹ ਗੁਰਦੁਆਰਾ ਕਮੇਟੀਆਂ ਰਾਹੀਂ ਸੰਸਕਾਰ। ਪਿਤਾ ਸਮਾਨ ਸਰ ਆਗਿਆ ਸਿੰਘ ਜੀ ਨੇ ਮੈਨੂੰ ਦੱਸਿਆ ਕਿ ਅੱਜ ਦੀ ਟਾਈਮਸ ਆਫ ਇੰਡੀਆ ਦੇ ਵਿੱਚ ਅੱਜ ਹੈੱਡ ਪੇਜ 'ਤੇ ਖਬਰ ਹੈ ਪ੍ਰਿੰਸੀਪਲ ਸਾਹਿਬ ਦੀ ਤਾਂ ਚਿੰਤਾ ਜਿਹੜੀ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਬੀੜਾਂ ਅਸੀਂ ਨਹੀਂ ਸੰਭਾਲੀਆਂ। ਕਮਾਲ ਹੈ ਕਿ ਅੱਜ ਜਿਹੜਾ ਟਾਈਮਸ ਆਫ ਇੰਡੀਆ 'ਤੇ ਹੈੱਡ ਪੇਜ ਦੀ ਖਬਰ ਹੈ ਕਿ ਬੰਗਲਾਦੇਸ਼ ਦੀ ਜਿਹੜੀ ਵਾਰ ਹੈ ਉਸ ਵਾਰ ਦੇ ਜਿਹੜੀ ਮੁਕਤੀ ਵਾਹਿਨੀ ਐਂਡ ਉਸ ਦੇ ਜਿਹੜਾ ਰਿਕਾਰਡ ਹੈ ਉਹ ਰਿਕਾਰਡ ਨੂੰ ਵੀ ਦੀਮਕ ਖਾ ਗਿਆ ਜਾਂ ਖਾ ਚੁੱਕਿਆ, ਸਾੜ ਦਿੱਤਾ। ਹੁਣ ਇਹਦੇ ਵਿੱਚ ਜਿਹੜੀ ਮੈਨੂੰ ਚਿੰਤਾ ਵਾਲੀ ਗੱਲ ਨਜ਼ਰ ਆਈ ਕਿ ਜਿਹੜੀ ਬੰਗਲਾਦੇਸ਼ ਦੀ ਵਾਰ ਦੇ ਜਿਹੜੇ ਹੀਰੋ ਨੇ, ਕੀ ਨਾਂ ਸੀ ਜੀ, ਜਗਜੀਤ ਸਿੰਘ ਅਰੋੜਾ, ਜਨਰਲ ਜਗਜੀਤ ਸਿੰਘ ਅਰੋੜਾ, ਇਹ ਮਤਲਬ ਆਉਣ ਵਾਲੇ ਇਤਿਹਾਸ ਵਿੱਚ ਜਿਹੜੀਆਂ ਉਹਨਾਂ ਦੇ ਕਾਰਨਾਮੇ ਸੀ ਉਹ ਵੀ ਆਉਣ ਵਾਲੀ ਸਾਡੀ ਜਿਹੜੀ ਪੁਸ਼ਤਾਂ ਨੇ ਉਹਨਾਂ ਤੱਕ ਸ਼ਾਇਦ ਇਹ ਗੱਲਾਂ ਪੂਰੀਆਂ ਨਾ ਜਾ ਪਾਉਣ। ਤੋ ਬਹਿਰਹਾਲ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਸਿਰਫ ਸਾਡੀ ਕੌਮ ਦਾ ਹੀ ਨਹੀਂ, ਇਹ ਸ਼ਾਇਦ ਇੰਡੀਅਨ ਕਲਚਰ ਹੀ ਇਸ ਤਰ੍ਹਾਂ ਹੈ ਕਿ ਕੱਲ੍ਹ ਵੀ ਗੱਲ ਜਿਹੜੀ ਸੈਮੀਨਾਰ 'ਚ ਹੋ ਰਹੀ ਸੀ ਅਤੇ ਨੇਕੀ ਸਾਹਿਬ ਨੇ ਬੜੀ ਕਮਾਲ ਕਰ ਦਿੱਤੀ ਸੀ ਕਿ ਅਸੀਂ ਆਪਣੇ ਇਤਿਹਾਸ ਨੂੰ ਕਹਿੰਦੇ ਹਾਂ ਕਿ ਅਸੀਂ ਆਪਣਾ ਇਤਿਹਾਸ ਜਿਹੜਾ ਦੂਸਰਿਆਂ ਨੇ ਸਾਡੇ ਇਤਿਹਾਸ ਲਿਖੇ ਨੇ ਔਰ ਇਤਿਹਾਸਕ ਸੱਚਾਈਆਂ ਕਿੱਥੇ ਨਾ ਕਿੱਥੇ ਦੂਰ ਹੋ ਗਏ ਸੀ ਇਤਿਹਾਸਕ ਸਥਾਈ 'ਚੋਂ। ਅਤੇ ਉਹਨਾਂ ਦੀ ਚਿੰਤਾ ਇਹ ਸੀ ਕਿ ਜਦ ਤੱਕ ਅਸੀਂ ਇਤਿਹਾਸਕਾਰ ਆਪ ਨਹੀਂ ਪੈਦਾ ਕਰਦੇ ਤਦ ਤੱਕ ਇਹ ਚਿੰਤਾਵਾਂ ਰਹਿਣਗੀਆਂ ਔਰ ਉਹ ਇਤਿਹਾਸਕਾਰ ਪੈਦਾ ਤਾਂ ਹੋਣਗੇ ਕਿ ਜੇ ਅਸੀਂ ਉਹ ਜਿਹੜੀ ਗੱਲ ਗਿਆਨ ਦੀ, ਐਜੂਕੇਸ਼ਨ ਦੀ, ਇੰਟਲੈਕਟ ਦੀ ਹੈ ਜਿਨ੍ਹਾਂ ਕੌਮਾਂ ਦੇ ਵਿੱਚ ਇਹ ਆ ਜਾਣ ਤਾਂ ਮੈਨੂੰ ਨਹੀਂ ਲੱਗਦਾ ਕੋਈ ਹੋਰ ਪ੍ਰੋਬਲਮ ਆਏਗੀ। ਸਾਡਾ ਜਿਹੜਾ ਅਗਲਾ ਵਿਸ਼ਾ ਵੀ ਇਹੀ ਹੈ ਔਰ ਇਹ ਇੱਕ ਐਸਾ ਵਿਸ਼ਾ ਜਿਹੜਾ ਅਕਸਰ ਜੋ ਹੈ ਇਹ ਭਾਵੁਕ ਕਰ ਦਿੰਦਾ ਔਰ ਸ਼ਾਇਦ ਇਹ ਹੀ ਐਸਾ ਮਸਲਾ ਸੀ ਜਿਸ ਕਰਕੇ ਇਸ ਕੋਰਸ ਦੀ ਉਤਪਤੀ ਹੋਈ ਜਾਂ ਮੈਂ ਕਹਿ ਰਿਹਾ ਇਸ ਕੋਰਸ ਨੂੰ ਸ਼ੁਰੂ ਕਰਨਾ ਪਿਆ ਸਾਨੂੰ ਕਿ ਅੱਜ ਕੱਲ੍ਹ ਦੇ ਬੱਚਿਆਂ ਨੂੰ, ਅੱਜ ਕੱਲ੍ਹ ਦੀ ਪਨੀਰੀ ਨੂੰ, ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ, ਗੁਰਬਾਣੀ ਨਾਲ, ਆਪਣੇ ਕਲਚਰ ਨਾਲ, ਆਪਣੀ ਭਾਸ਼ਾ ਨਾਲ, ਆਪਣੀ ਦਿੱਖ ਨਾਲ ਕਿਵੇਂ ਜੋੜੀਏ, ਇੱਕ ਬਹੁਤ ਬਹੁਤ ਵੱਡਾ ਮਸਲਾ ਹੈ। ਔਰ ਮੈਂ ਕਈ ਵਾਰ ਕਹਿੰਦਾ ਕਿ ਇੱਕ ਐਸਾ ਮਸਲਾ ਹੈ ਜਿਸ ਦਾ ਸਿੱਧਾ ਸੰਬੰਧ ਸਾਡੀ ਹਸਤੀ ਨਾਲ ਹੈ, ਸਾਡੀ ਹੋਂਦ ਨਾਲ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਨਾਲ ਕਿਵੇਂ ਜੋੜੀਏ। ਗੱਲ ਜ਼ਿਕਰ ਕਰ ਰਹੇ ਸੀ ਸਰ ਪਹਿਲੇ ਲੈਕਚਰ ਵਿੱਚ, ਸ਼ਾਇਦ ਗੱਲੂਗਾਰਾ ਦੂਜੇ ਦੀ ਗੱਲ ਕਰ ਰਹੇ ਸਨ ਅਤੇ ਮੈਨੂੰ ਬੈਠੇ ਹੋਏ ਯਾਦ ਆ ਰਿਹਾ ਸੀ, ਮੈਂ ਲਿਖ ਰਿਹਾ ਸੀ ਕਿ ਦੂਜੇ ਗੱਡੂ ਗੱਲੂਗਾਰੇ ਤੋਂ ਬਾਅਦ ਜਦੋਂ ਮੁੱਠੀ ਭਰ ਸਿੱਖ ਜ਼ਿੰਦਾ ਰਹਿ ਗਏ, ਲਗਭਗ ਇੱਕੋ ਦਿਨ 40 ਜਾਂ 45 ਹਜ਼ਾਰ ਸਿੰਘ ਸ਼ਹੀਦ ਹੋ ਗਏ ਸੀ ਅਤੇ ਉਸ ਵੇਲੇ ਫਿਰ ਉਹਨਾਂ ਨੇ ਸ਼ਾਮ ਦੀ ਰਾਸ ਤੋਂ ਬਾਅਦ ਜਿਹੜੀ ਅਰਦਾਸ ਕੀਤੀ ਉਹਦੇ ਵਿੱਚ ਉਹਨਾਂ ਨੇ ਇਹੀ ਜੋਦੜੀ ਕੀਤੀ ਸੀ ਉਸ ਪਰਮਾਤਮਾ ਨੂੰ ਕਿ ਪੰਥ ਜੋ ਰਹਾ ਤੋ ਤੇਰਾ ਗ੍ਰੰਥ ਵੀ ਰਹੇਗਾ ਨਾਥ, ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗਾ। ਇਹ ਗੱਲ ਸੀ ਫਿਜ਼ੀਕਲੀ ਕਿ ਅਸੀਂ ਫਿਜ਼ੀਕਲੀ ਖਤਮ ਹੋ ਗਏ ਸੀ, ਪਰ ਅੱਜ ਜੋ ਮੈਨੂੰ ਮਹਿਸੂਸ ਹੋ ਰਿਹਾ ਸੀ ਸਾਈਕੀ ਤੌਰ 'ਤੇ, ਜ਼ਹਿਨੀ ਤੌਰ 'ਤੇ ਜਿਹੜੀ ਸਿੱਖੀ ਹੈ ਸਾਡੇ ਤੋਂ ਦੂਰ ਜਾ ਰਹੀ ਹੈ ਔਰ ਮੈਨੂੰ ਅੱਜ ਵੀ ਇਹੀ ਲਾਈਨਾਂ ਕਹਿਣ 'ਤੇ, ਜੇ ਅੱਜ ਦੇ ਦੌਰ 'ਚ ਮੈਨੂੰ ਜੇ ਕਿਸੇ ਨੂੰ ਕਹਿਣਾ ਪਏ ਪਰਮਾਤਮਾ ਨੂੰ ਸਾਨੂੰ ਇਹ ਹਾਲਤ ਦੇਖ ਕੇ ਕੀ ਕਹਿਣਾ, ਤਾਂ ਮੈਨੂੰ ਇਹੀ ਕਹਿਣਾ ਪਏਗਾ ਕਿ ਜਿਹੜਾ ਪੰਥ, ਜਿਹੜਾ ਜ਼ਹਿਨੀ ਤੌਰ 'ਤੇ ਜਿਹੜਾ ਪੰਥ ਨਹੀਂ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗਾ, ਇੱਕ ਬਹੁਤ ਬਹੁਤ ਵੱਡਾ ਮਸਲਾ ਹੈ। ਔਰ ਮੈਂ ਇਸ ਗੱਲ ਦੇ ਉੱਤੇ ਕਨਵਿੰਸ ਹਾਂ ਕਿ ਜਿਹੜੀਆਂ ਇਹ ਕਮੇਟੀਆਂ ਨੇ, ਸ਼੍ਰੋਮਣੀ ਕਮੇਟੀ ਹੈ, ਦਿੱਲੀ ਕਮੇਟੀ ਹੈ, ਹੋਰ ਕਮੇਟੀਆਂ ਨੇ, ਸ਼ਾਇਦ ਇਹ ਆਮ ਸਿੱਖ ਤਵੱਕੋ ਇਹ ਕਰਦਾ ਕਿ ਇਹ ਕਮੇਟੀਆਂ ਕੁਛ ਨਹੀਂ ਕਰ ਰਹੀਆਂ, ਇਹਨਾਂ ਨੂੰ ਕਰਨਾ ਚਾਹੀਦਾ, ਲੇਕਿਨ ਮੈਂ ਇਸ ਗੱਲ 'ਤੇ ਮੈਂ ਵਾਰ ਵਾਰ ਕਹਿੰਦਾ ਕਿ ਮੈਂ ਕਨਵਿੰਸ ਹਾਂ ਕਿ ਇਹ ਜਦ ਤੱਕ ਇਹ ਪ੍ਰੋਬਲਮ ਸੋਲਵ ਨਹੀਂ ਹੋ ਸਕਦੀ, ਜਦ ਤੱਕ ਅਸੀਂ ਹਰ ਸਿੱਖ, ਹਰ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਸੈਲਫ ਰਿਸਪੋਂਸੀਬਿਲਟੀ ਦਾ ਜਿਹੜੀ ਗੱਲ ਹੈ ਉਹ ਨਹੀਂ ਅਸੀਂ ਕਰਦੇ ਕਿ ਮੈਂ ਹਰਿੰਦਰਪਾਲ ਸਿੰਘ, ਮੇਰੇ ਬੱਚੇ ਠੀਕ, ਮੇਰੀ ਦੋਸਤ, ਮੇਰੇ ਆਸ ਪਾਸ ਦਾ ਮਾਹੌਲ ਜਿਹੜਾ ਕਿ ਮੈਂ ਉਸ ਨੂੰ ਠੀਕ ਕਰ ਪਾਇਆ। ਹਰ ਬੰਦਾ ਜਿਸ ਦਿਨ ਇਹ ਸੋਚ ਲਏਗਾ ਤਾਂ ਮੈਂ 100% ਸ਼ੋਰ ਹਾਂ ਕਿ ਸਾਨੂੰ ਸ਼ਾਇਦ ਰੋਸ਼ਨੀ ਦਿਖੇਗੀ। ਮੈਨੂੰ ਹਰ ਵਾਰ ਮੇਰੇ ਦੋਸਤਾਂ ਯਾਰਾਂ ਨਾਲ ਇਸ ਗੱਲ ਦੀ ਕਨਫਰਟੇਸ਼ਨ ਹੁੰਦੀ ਹੈ
कि मैं अक्सर कहना कि मैं दूर अंधेरा दिख रहा है फॉर माई कम्यूनिटी, मैं दिख रहा अंधेरा। कई बार मैं जो बहुत नमोशी होंगी है तो मैं इतों भी कह दिना कि आई सी नो होप फॉर माई कम्यूनिटी, क्योंकि करैक्टर तो बिना कौमां कभी जिंदा नहीं रह सकदियां। और जिहड़ा असी करैक्टर अपनियां जिहड़ियां साडियां धार्मिक और राजनीतिक लीडरशिप्स ने, आइडियल मैन की भी गल हुई सी सिख जीवन जाच दे विच, उन्हां विच वह दिख नहीं रहा। और बच्चे अट्रैक्ट होंदे आइडियल मैन तो। मैं शायद अगे बड़ी बार यह गल सुना चुकिया, मेरे नाल परसनल यह हो चुकी है कि किसी साउथ इंडियन ने मेरे तो लिफ्ट ली सी और मेरी गड्डी बैठते ही मैं कहता मुझे सिख बड़े अच्छे लगते हैं, तो मैं खुशी भी हुई। तो मैं फिर उन्होंने कहा भी क्यों तेन सिख क्यों चंगे लगते हैं, कहते जी आपके मनमोहन सिंह जी, कहते उन जैसा शरीफ आदमी नहीं देखा, उन जैसा फाइनेंस जानने वाला, उन जैसा इकनोमिक्स जानने वाला, उन जैसा इंटैलीजेंट आदमी मैंने दुनिया में नहीं देखा। तो मैं याद है मैं पंथ के एक बहुत व्डे लीडर उस दिन कहा कि जे सिखी का जे सिखा का या सिख बच्चों का कोई आइडियल हो सकता मनमोहन हो सकता है लेकिन शायद असी नहीं हाँ। मैं आप खुद फील होंगे भावें मैं श्रोमणी कमेटी का मैंबर हाँ, गुरमत कॉलेज भी चला रहा, शायद मैं भी फील होंगे कि मैं शायद बच्चों लिए आइडियल नहीं हाँ, जो मैं होना चाहिए मैं नहीं हाँ। इसलिए जी सैल्फ रिस्पोंसिबिलिटी और सैल्फ सोचने वाली गल है सानू करनी पेगी, असी उस बारे अज विचार करनी है। प्रिंसीपल सर आएंगे उस तो बाद गल कर। वाहिगुरु जी का खालसा वाहिगुरु जी की फतेह। मैं बहुत बहुत धन्यवादी हाँ चेयरमैन साहब का कि इन्होंने मेरा काम सौखा कर दिता, कि मेरी गल शुरू ही इतों होंगी है कि जदों असी अज का जरा विशा है कि बच्चे किवें गुरबाणी के नाल जोड़िया जाए, तो असी बच्चे दे मनोविज्ञान वाल थोड़ी जी झाती मारीए कि बच्चे नू बच्चे दा मन किहो जिहा है, वह भोला मन है और उन्हों हर वो चंगी चीज़ उस दे मन नू खिच पाउंदी है, वो अट्रैक्टिड होंदा है किस वल, जिहड़ी चीज़ सोहनी है, जिहड़ी चीज़ शक्तिवान है, ते जिहड़ी चीज़ उस दे लई उन्हों सच्ची लगती है। तुसी देखिया होएगा बच्चा सच दे प्रति जड़ी उहदी खिच है वो बचपन तो है। एक तुसी आम तौर पर चुटकला भी सुनिया होना है, बच्चा कहिंदा पापा वो नीचे बुलाने आए हैं, कहिंदे कह दे मैं घर नहीं हूँ, बच्चा कहिंदा पापा बोलते हैं वो घर नहीं है। बच्चे दे अंदर जड़ी सच्चाई है, हुण तुसी बच्चियां दी खेड वेखोगे, आम तौर ते गली महल्ले बच्चे खेडदे ने, ते जदों खेड रहे हुंदे ने ते ओह अपने जड़े नियम हुंदे ने, जड़े खेड दियां रूल्स ने, उहनां नूं बड़ा स्ट्रिक्टली फॉलो करदे ने, ते कई वारी वड्डे कह भी दिंदे ने कोई गल नहीं तू नहीं आउट होया, नहीं मैं आउट हो गया हूँ अब मैंने अलग बैठना है। ओ असी छोटे सी विश अमृत खेलते सी, ते विश करता ते भई उन्हें बैठ जाना है, अमृत हो गया तो उन्हें दोबारा विच आ जाना, खेडद्या खेडद्या ते ओ एक बारी आउट हो गया ते ही विल रिस्पैक्टफुली एंड ओबीडियंटली उस रूल नू फॉलो करेगा। थोड़ा जहा वड्डा होंदा ना बच्चा फिर वो आर्ग्यू करना शुरू कर, नहीं मैं नहीं आउट होया हाले मेरी वारी हो रही है, मत ज्यों ज्यों वड्डा होंदा है तो उसका झूठ के प्रति उसके मन के अंदर होर लाग लबेट आ जाती है, पर बच्चा भोला है, बच्चा रूल नू एक्सैप्ट करता है, बच्चा सुंदरता नू एक्सैप्ट करता है, उस वाल अट्रैक्ट होंदा है, बच्चा शक्तिवान है उसके वाल अट्रैक्ट होंदा है। तो इसे गल तो वो अपना बचपन के अंदर ही हीरो चुन लैंदा कि मैं किस दी रीस करनी है, उसके मन के अंदर एक गल आ जाती है तो उन्हें जड़ी चीज़ चंगी लगती है वो दी रीस करदा। मैं एक होर छोटा जिहा चुटकला दसदा, बच्चा अपनी माँ नूं कहिंदा माँ मुझे आइसक्रीम ले दो, लै दिंदी है,
ਰੋਜ਼ ਉਹਨੂੰ ਆਈਸਕ੍ਰੀਮ ਚੰਗੀ ਲੱਗਦੀ ਆ, ਆਈਸਕ੍ਰੀਮ ਖਾ ਲੈਂਦਾ ਅਤੇ ਕਦੀ ਕਦੀ ਪੈਸੇ ਦੇਣ ਲੱਗਿਆ ਹੁਣ ਬੱਚਿਆਂ ਨੂੰ ਕਹਿੰਦੇ ਵੀ ਬੱਚਾ ਚੰਗੀ ਚੀਜ਼ ਖਾਏ ਜਾਂ ਬੱਚਾ ਜਿਹੜਾ ਕੁਝ ਨਿਊਟ੍ਰੀਸ਼ੀਅਸ ਚੀਜ਼ ਖਾਏ, ਕੋਈ ਪੌਸ਼ਟਿਕ ਚੀਜ਼ ਖਾਏ, ਪਰ ਬੱਚੇ ਨੇ ਰੋਜ਼ ਆਈਸਕ੍ਰੀਮ ਖਾਣੀ ਹੈ। ਅਤੇ ਕਈ ਵਾਰੀ ਮਾਂ ਮਨਾ ਵੀ ਕਰਦੀ, ਨਹੀਂ ਮੇਰੇ ਕੋਲ ਪੈਸੇ ਨਹੀਂ ਹੈਗੇ। ਇੱਕ ਦਿਨ ਕਹਿੰਦਾ ਮੰਮੀ ਮੈਂ ਇੱਕ ਬਾਤ ਬਤਾਊਂ, ਕਹਿੰਦਾ ਪੁੱਛ, ਕਹਿੰਦਾ ਆਈਸਕ੍ਰੀਮ ਵਾਲੇ ਸੇ ਸ਼ਾਦੀ ਕਿਉਂ ਨਹੀਂ ਕਰ ਲੈਤੇ। ਭਾਵ ਇਹ ਹੈ ਕਿ ਬੱਚਾ ਉਹ ਕਹਿੰਦਾ ਜੋ ਉਹਨੂੰ ਚੰਗਾ ਲੱਗਦਾ, ਬੱਚਾ ਉਹ ਚੁਣਦਾ ਉਸ ਗੱਲ ਨੂੰ। ਉਹ ਥੋੜ੍ਹਾ ਜਿਹਾ ਤੁਸੀਂ ਦੇਖਿਆ ਹੋਣਾ, ਬੱਚੇ ਥੋੜ੍ਹੇ ਜਿਹੇ ਵੱਡੇ ਹੁੰਦੇ ਹੈ ਅਤੇ ਬਈ ਤੂੰ ਕੀ ਬਣਨਾ ਚਾਹੁੰਦਾ, ਜੋ ਉਹ ਟੀ ਵੀ ਦੇ ਵਿੱਚ ਦੇਖੇਗਾ, ਜੋ ਉਹ ਗਾਣੇ ਸੁਣੇਗਾ, ਜੋ ਉਸਦੀ ਸਾਰੇ ਦਿਨ ਦੀ ਦਿਨਚਰਿਆ ਹੋਏਗੀ, ਉਹਨੂੰ ਜਿਹੜੀ ਚੀਜ਼ ਅਟਰੈਕਟ ਕਰੇਗੀ ਉਹ ਉਸ ਵਰਗਾ ਬਣਨਾ ਚਾਹੇਗਾ। ਬੜੇ ਰੇਅਰਲੀ ਹੋਣਗੇ, ਬਹੁਤ ਰੇਅਰ ਹੁੰਦਾ, ਬੜੇ ਵਿਰਲੇ ਹੁੰਦੇ ਨੇ ਅਜੇ ਜਿਹੜੇ ਆਪਣੀ ਧੁਨ ਦੇ ਪੱਕੇ ਹੁੰਦੇ। ਬੱਚੇ ਦੀ ਸਮਰੱਥਾ ਵਿੱਚ ਨਹੀਂ ਹੈ ਕਿ ਉਹ ਮਾਪਿਆਂ ਨੂੰ ਚੁਣ ਸਕੇ, ਉਹ ਤਾਂ ਆ ਗਿਆ ਇਸ ਸੰਸਾਰ ਵਿੱਚ। ਅਤੇ ਮਾਪਿਆਂ ਦੀ ਖੁਸ਼ਕਿਸਮਤੀ ਸਮਝੋ ਜਾਂ ਬਦਕਿਸਮਤੀ ਸਮਝੋ, ਬੱਚੇ ਤੋਂ ਇੱਕ ਹੋਰ ਜਿਹੜੀ ਗੱਲ ਸਾਈਕੋਲੋਜੀ ਵਿੱਚ, ਮਨੋਵਿਗਿਆਨ ਵਿੱਚ ਦੱਸੀ ਜਾਂਦੀ ਹੈ ਉਹ ਇਹ ਹੈ, ਚਾਈਲਡ ਇਜ਼ ਦੀ ਮੋਸਟ ਪਾਵਰਫੁਲ ਸੋਰਸ ਆਫ ਇੰਜੋਇਮੈਂਟ। ਜਿਹੜਾ ਬੱਚਾ ਹੈ, ਜਿੰਨੀ ਖੁਸ਼ੀ ਉਹ ਤੁਹਾਨੂੰ ਦਿੰਦਾ ਹੈ, ਸ਼ਾਇਦ ਦੁਨੀਆ ਦਾ ਕੋਈ ਐਂਟਰਟੇਨਮੈਂਟ ਉਹ ਖੁਸ਼ੀ ਨਹੀਂ ਦੇ ਸਕਦਾ। ਪੁੱਛੋ ਕਿਸੇ ਮਾਂ ਕੋਲੋਂ, ਜਦ ਤੱਕ ਬੱਚੇ ਦਾ ਮੂੰਹ ਨਾ ਤੱਕ ਲਵੇ, ਵੱਡੇ ਵੀ ਹੋ ਜਾਣ, ਬੱਚਿਆਂ ਨੂੰ ਇੱਕ ਵਾਰੀ ਵੇਖ ਲਏ, ਧੀਆਂ ਨੂੰ ਇੱਕ ਵਾਰੀ ਵੇਖ ਲਏ, ਖਿੜ ਜਾਂਦੀ ਹੈ ਉਹਨੂੰ, ਉਹਦੇ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਨੇ। ਅਤੇ ਆਪ ਵੀ ਜਦੋਂ ਦੇਖ ਲਓ, ਜਦੋਂ ਨਿਆਣਾ ਬਾਲ ਕੋਈ ਘਰ ਆਉਂਦਾ ਅਤੇ ਆਫਿਸ ਦੀਆਂ ਦੂਸਰੀਆਂ ਥਾਵਾਂ ਦੀਆਂ ਜਿੰਨੀਆਂ ਵੀ ਟੈਨਸ਼ਨਸ ਨੇ ਇੱਕ ਵਾਰੀ ਦੂਰ ਹੋ ਜਾਂਦੀਆਂ, ਇੱਕ ਵਾਰੀ ਬੱਚੇ ਨੂੰ ਵੇਖ ਲਓ, ਉਹਦੀ ਤੋਤਲੀ ਜ਼ਬਾਨ ਉਹਦੇ ਨਾਲ ਖੇਡ ਲਓ, ਤੁਹਾਨੂੰ ਸਾਰੀ ਜ਼ਿੰਦਗੀ ਦੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਨੇ। ਕਿਉਂ? ਕਿਉਂਕਿ ਬੱਚਾ ਜਿਹੜਾ ਹੈ ਤੁਹਾਨੂੰ ਈਗੋ ਸੈਟਿਸਫੈਕਸ਼ਨ ਦਿੰਦਾ, ਤੁਹਾਡੀ ਈਗੋ ਨੂੰ ਪੱਠੇ ਪਾਉਂਦਾ। ਜਦੋਂ ਤੁਸੀਂ ਬੱਚੇ ਨੂੰ ਕੁਝ ਲੈ ਕੇ ਦਿੰਦੇ ਹੋ, ਬੱਚੇ ਨੂੰ ਕੁਝ ਗਿਫਟ ਦਿੰਦੇ ਹੋ, ਬੱਚਾ ਥੈਂਕਸ ਕਰਦਾ, ਬੱਚਾ ਖਿੜਦਾ, ਅਤੇ ਤੁਹਾਨੂੰ ਕਿੰਨੀ ਤੁਹਾਡੀ ਛਾਤੀ 'ਚ ਹਾਏ ਇਹ ਮੇਰਾ ਬੱਚਾ। ਜਦੋਂ ਬੱਚਾ ਅਚੀਵ ਕਰਕੇ ਕੁਝ ਲਿਆਉਂਦਾ, ਕੋਈ ਸਕੂਲ ਦੇ ਵਿੱਚ ਉਹਨੂੰ ਕੋਈ ਪ੍ਰਾਈਜ਼ ਮਿਲਦਾ ਕਿਸੇ ਥਾਂ ਦੇ ਉੱਤੇ, ਅਤੇ ਮਾਵਾਂ ਅਤੇ ਫਾਦਰਸ ਉਸਦੀ ਵਡਿਆਈ ਕਰਦੇ ਥੱਕਦੇ ਨਹੀਂ। ਆਸ ਪੜੋਸ ਵਿੱਚ, ਆਫਿਸ ਦੇ ਵਿੱਚ, ਹੋਰ ਥਾਵਾਂ ਦੇ ਉੱਤੇ ਅਸੀਂ ਬੱਚੇ ਦੀਆਂ ਅਚੀਵਮੈਂਟਸ ਨੂੰ ਗਿਣਾਉਂਦੇ ਹਾਂ ਕਿ ਹਾਂ ਮੇਰੇ ਬੱਚੇ ਨੇ ਹੈ ਫਸਟ ਆਇਆ ਜੀ, ਮੇਰਾ ਬੱਚਾ ਇੰਨਾ ਹੋਇਆ ਜੀ, ਮੇਰਾ ਬੱਚਾ ਇੰਜੀਨੀਅਰ ਬਣ ਗਿਆ ਜੀ, ਮੇਰਾ ਬੱਚਾ ਇਹ ਥਾਂ 'ਤੇ ਪਹੁੰਚ ਗਿਆ। ਮਤਲਬ ਅਸੀਂ ਕਿੰਨੇ ਖੁਸ਼ ਹੁੰਦੇ ਹਾਂ ਬੱਚੇ ਦੀ ਅਚੀਵਮੈਂਟ, ਜਿਵੇਂ ਕਿ ਉਹ ਸਾਡੀ ਆਪਣੀ ਅਚੀਵਮੈਂਟ ਹੈ। ਕਾਰਨ ਹੈ, ਉਸਦਾ ਬੜਾ ਵੱਡਾ ਕਾਰਨ ਹੈ, ਚਾਈਲਡ ਇਜ਼ ਅਵਰ ਐਕਸਟੈਂਸ਼ਨ ਆਫ ਅਵਰ ਪਰਸਨੈਲਿਟੀ। ਬੱਚਾ ਸਾਡੀ ਸ਼ਖਸੀਅਤ ਦਾ ਹੀ ਅੱਗੋਂ ਐਕਸਟੈਂਸ਼ਨ ਹੈ। ਫਿਜ਼ੀਕਲ ਐਕਸਟੈਂਸ਼ਨ ਤਾਂ ਹੈ ਹੀ, ਸਾਡੇ ਸਰੀਰ ਨੇ ਬਿਨਸ ਨੇ ਅੱਗੋਂ ਉਸਨੇ ਰਹਿਣਾ, ਜਿਹਨੂੰ ਕਹਿੰਦੇ ਬਿੰਦੀ, ਇਹ ਸਾਡੇ ਤੋਂ ਬਾਅਦ ਸਾਡਾ ਸਰੀਰ ਨਹੀਂ ਰਹੇਗਾ, ਪਰ ਸਰੀਰ ਦਾ ਕੁਝ ਅੰਸ਼ ਸਾਡੇ ਬੱਚੇ ਵਿੱਚ ਹੈ, ਅੱਧਾ ਅੰਸ਼ ਮਾਂ ਦਾ, ਅੱਧਾ ਅੰਸ਼ ਬਾਪ। ਜਾਂ ਤਾਂ ਇੰਨਾ ਕੁਛ ਹੈ ਤਾਂ ਫਿਰ ਅਸੀਂ ਕਿਉਂ ਨਹੀਂ ਕੌਨਸ਼ੀਅਸਲੀ, ਡੈਲੀਬਰੇਟਲੀ ਬੱਚੇ ਨੂੰ ਸਮਝੀਏ ਅਤੇ ਬੱਚੇ ਨੂੰ ਇਹੋ ਜਿਹਾ ਇਨਵਾਇਰਮੈਂਟ ਦੇਈਏ ਕਿ ਉਹ ਐਕਸੈਲ ਕਰ ਸਕੇ। ਬੱਚੇ ਦੇ ਅੰਦਰ ਦੋ ਗੱਲਾਂ ਹੁੰਦੀਆਂ ਨੇ, ਉਹ ਕਹਿੰਦੇ ਨੇ ਉਹਦੀਆਂ ਕੁਝ ਸਟੇਜਿਸ ਨੇ, ਉਹ ਜੰਮਦਿਆਂ ਹੀ ਠੀਕ ਹੈ, ਉਸਦਾ ਜਿਹੜਾ ਦਿਮਾਗ ਹੈ